ਮੈਂ ਉਹਨਾਂ ਸਭ ਤੋਂ ਪਹਿਲੇ ਕਹਿੰਦਾ ਉਹਨਾਂ ਨੂੰ ਮਾਸਕ ਲਾਇਆ ਤਾਂ ਕਿ ਮੈਨੂੰ ਕੋਈ ਪਰੇਸ਼ਾਨ ਨਹੀਂ ਨਾ। ਵੀਰ ਪਾਦੇ ਟਿੱਕੀ ਦੇਸੀ ਕਿ ਵਚ ਨਿਕਲੀ ਹੋਈ ਟਿੱਕੀ। ਅਸਲਾਮ ਵਾਲੇਕੁਮ ਮੇਰੇ ਪਿਆਰੇ ਪਿਆਰੇ ਵਿਊਸ, ਕੀ ਹਾਲ ਚਾਲ ਹੈ? ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅਲਹਮਦੁਲਿਲਾ ਮੈਂ ਵੀ ਠੀਕ ਠਾਕ ਹਾਂ। ਜਿੱਦਾਂ ਮੇਰੇ ਕੋਲ ਜਦੋਂ ਬਹੁਤੇ ਪੈਸੇ ਆਊਗੇ ਮੈਂ ਉਦੋਂ ਹੀ ਬਿਜ਼ਨਸ ਸ਼ੁਰੂ ਕਰਨਾ, ਮੈਂ ਕਿਉਂ ਨਾ ਹੁਣ ਬਿਜ਼ਨਸ ਆਪਣਾ ਸਟਾਰਟ ਕਰਾਂ, ਥੋੜ੍ਹੇ ਤੋਂ ਕਰਾਂ। ਮੈਂ ਜੋ ਥੋੜ੍ਹੇ ਪੈਸਿਆਂ 'ਚ ਕਰ ਸਕਦੀ ਹਾਂ ਮੈਂ ਉਹੀ ਸਟਾਰਟ ਕਰਕੇ ਬਿਜ਼ਨਸ, ਅੱਜ ਇਸੇ ਲਈ ਮੈਂ ਆਪਣਾ ਬਿਜ਼ਨਸ ਸਟਾਰਟ ਕਰ ਰਹੀ ਹਾਂ, ਟਿੱਕੀਆਂ ਦਾ ਬਿਜ਼ਨਸ। ਮੈਂ ਟਿੱਕੀਆਂ ਬਣਾ ਕੇ ਉਹਨਾਂ ਨੂੰ ਸੇਲ ਕਰਾਂਗੀ ਅਤੇ ਜਿੰਨਾ ਵੀ ਪ੍ਰੋਫਿਟ ਹੋਇਆ ਤੁਹਾਡੇ ਨਾਲ ਸ਼ੇਅਰ ਕਰਾਂਗੀ। ਹੁਣ ਮੈਂ ਟਿੱਕੀਆਂ ਵਗੈਰਾ ਸਾਰੀਆਂ ਬਣਾ ਲਈਆਂ ਵਾ, ਬਣਾ ਕੇ ਰੈਡੀ ਸ਼ੈਡੀ ਹੋ ਗਈਆਂ। ਬਾਹਰ ਆਪਾਂ ਚੱਲਦੇ ਹਾਂ, ਟਿੱਕੀਆਂ ਵੇਚਦੇ ਹਾਂ। ਮੌਸਮ ਵੀ ਬਹੁਤ ਅੱਛਾ ਵਾ, ਬਹੁਤ ਅੱਛੀ ਜਿਹੜੀ ਹੈ ਨਾ ਆਪਣੀ ਫਰੋਖਤ ਹੋ ਗਈਆਂ, ਬਹੁਤ ਅੱਛੀਆਂ ਸੇਲ ਹੋ ਗਈਆਂ। ਕਹਿੰਦੇ ਆ ਨਾ ਕਿ ਇਨਸਾਨ ਨੂੰ ਮਿਹਨਤ ਕਰਨੀ ਚਾਹੀਦੀ ਹੈ। ਬੇਸ਼ੱਕ ਮੈਂ ਇੱਕ ਲੜਕੀ ਹਾਂ ਲੇਕਿਨ ਮੈਂ ਬਿਜ਼ਨਸ ਤਾਂ ਕਰ ਸਕਦੀ ਹਾਂ ਨਾ। ਪਹਿਲੇ ਪਹਿਲੇ ਮੁਸ਼ਕਿਲ ਹੋਊਗੀ, ਫਿਰ ਆਸਤਾ ਆਸਤਾ ਜਿਹੜਾ ਮੇਰਾ ਬਿਜ਼ਨਸ ਆ ਖੁਦ ਹੀ ਡਿਵੈਲਪ ਹੋ ਜਾਊਗਾ। ਅੱਜ ਥੋੜ੍ਹੀਆਂ ਜਿਹੀਆਂ ਥੋੜ੍ਹੀ ਮਿਕਦਾਰ 'ਚ ਮੈਂ ਟਿੱਕੀਆਂ ਬਣਾਈਆਂ, ਕੱਲ੍ਹ ਨੂੰ ਜ਼ਿਆਦਾ ਬਣਾ ਲਾਂਗੇ, ਪਰਸੋਂ ਨੂੰ ਇਸ ਤੋਂ ਵੀ ਜ਼ਿਆਦਾ ਬਣਾ ਲਾਂਗੇ, ਉਹ ਵੀ ਸੇਲ ਦੇ ਹਿਸਾਬ ਨਾਲ ਜਿੱਦਾਂ ਵਿਕੀਆਂ। ਅਤੇ ਚਲੋ ਜੀ ਹੁਣ ਮੈਂ ਤੁਹਾਨੂੰ ਟਿੱਕੀਆਂ ਦੇ ਫਾਈਨਲ ਲੁੱਕ ਦਿਖਾਉਂਦੀ ਹਾਂ, ਦੱਸਦੀ ਹਾਂ ਕਿ ਮੈਂ ਕਿੰਨੀਆਂ ਟਿੱਕੀਆਂ ਬਣਾਈਆਂ, ਫਿਰ ਤੁਹਾਨੂੰ ਐਂਡ 'ਤੇ ਇਹ ਵੀ ਦੱਸਾਂਗੀ ਕਿ ਕਿੰਨੀਆਂ ਸੇਲ ਹੋ ਗਈਆਂ, ਕਿੰਨੀਆਂ ਬਾਕੀ ਰਹਿ ਗਈਆਂ, ਕਿੰਨਾ ਮੈਨੂੰ ਪ੍ਰੋਫਿਟ ਹੋਇਆ। ਬਸ ਤੁਸੀਂ ਵਲੌਗ ਐਂਡ ਤੱਕ ਦੇਖਣਾ। ਅਗਰ ਤੁਸੀਂ ਕਾਸਮ ਪੰਜਾਬੀ ਫੈਮਿਲੀ ਚੈਨਲ 'ਤੇ ਨਿਊ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਵੀਡੀਓ ਨੂੰ ਲਾਈਕ ਕਰ ਲਓ। ਮੈਂ ਗਰਮ ਗਰਮ ਟਿੱਕੀਆਂ ਬਣਾ ਕੇ ਪੋਨੇ ਥੱਲੇ ਢੱਕੀਆਂ ਸੀ ਅਤੇ ਇਹਨਾਂ ਦੀ ਮੈਂ ਡੈਕੋਰੇਸ਼ਨ ਵੀ ਕਰ ਲਈ। ਪਤਾ ਕੀ ਆ, ਬੱਸ ਵਿੱਚ ਮੈਂ ਦੇਖਿਆ ਇੱਦਾਂ ਟਿੱਕੀਆਂ ਵੇਚਦੇ, ਉਹਨਾਂ ਨੇ ਮਿਰਚਾਂ ਲਾਈਆਂ ਹੋਈਆਂ ਅਤੇ ਜਦੋਂ ਵੇਖੇ ਨਾ ਬੜਾ ਮਜ਼ਾ ਆਉਂਦਾ ਬੰਦੇ ਦਾ ਦਿਲ ਕਰਦਾ ਖਾਣ ਨੂੰ, ਇਸ ਕਰਕੇ ਮੈਂ ਉਹਦੀ ਡੈਕੋਰੇਸ਼ਨ ਕੀਤੀ ਆ। ਅਤੇ ਹੁਣੀ ਮੇਰੇ ਕੋਲ ਨਾ ਇੱਕ ਗਾਹਕ ਆਇਆ ਘਰ ਦਾ ਹੀ, ਮੈਨੂੰ ਕਹਿੰਦਾ ਮੈਨੂੰ ਟਿੱਕੀਆਂ ਦੇ ਦੇ। ਮੈਂ ਕਿਹਾ ਚਲੋ ਠੀਕ ਆ, ਇਹ ਤੋਂ ਬੋਨੀ ਕਰਦੇ ਹਾਂ, ਲਾਓ ਜੀ। ਆਹ ਮੇਰੀ ਕਜ਼ਨ ਆਈ ਹੈ, ਮੈਨੂੰ ਕਹਿੰਦੀ ਮੈਨੂੰ ਇੱਕ ਟਿੱਕੀ ਦੇ ਦੇ, ਮੈਨੂੰ 20 ਰੁਪਏ ਦੀ ਟਿੱਕੀ ਦੇ ਰਹੀ। ਵੈਸੇ ਇਹਦੀ ਕੀਮਤ 30 ਰੁਪਏ ਆ ਅਤੇ ਮੈਂ ਇਹਨੂੰ 20 ਦੀ ਛੋਟੀ ਜਿਹੀ ਟਿੱਕੀ ਦੇ ਦਿੰਦੀ ਹਾਂ। ਹਲੋ, ਜਿਹੜਾ 3 ਟਿੱਕੀਆਂ ਲਊਗਾ ਉਹਨੂੰ ਚਟਨੀ ਮਿਲੂਗੀ, ਜਿਹੜਾ 1 ਲਊਗਾ ਉਹਨੂੰ ਸਾਦੀ ਟਿੱਕੀ ਮਿਲੂਗੀ। ਹੁਣ ਬਾਹਰ ਚੱਲਦੇ ਹਾਂ, ਵੇਚਦੇ ਹਾਂ, ਦੇਖਦੇ ਹਾਂ ਕਿ ਕਾਰੋਬਾਰ ਕਿੱਥੇ ਤੱਕ ਜਾਂਦਾ ਵਾ। ਵਿਊਅਰ, ਸਭ ਤੋਂ ਪਹਿਲੇ ਤਾਂ ਮੈਂ ਮਾਸਕ ਲਾਇਆ ਤਾਂ ਕਿ ਮੈਨੂੰ ਕੋਈ ਪਛਾਣੇ ਨਾ ਕਿ ਮੈਂ ਇਸ ਮਹੱਲੇ ਦੀ ਹਾਂ, ਔਰ ਮੈਂ ਆਪਣੇ ਘਰ ਤੋਂ ਬੜੀ ਦੂਰ ਆਈ ਹਾਂ। ਅਤੇ ਹੁਣ ਆਪਾਂ ਆਪਣੀਆਂ ਟਿੱਕੀਆਂ ਲੈਂਦੇ ਢੱਕ ਅਤੇ ਲਾਉਂਦੇ ਹਾਂ ਨਾਰੇ ਟਿੱਕੀਆਂ ਵੇਚਣ ਦੇ। ਵੀਹ ਰੁਪਏ ਦੀ ਟਿੱਕੀ, ਦੇਸੀ ਘਿਓ ਚ ਨਿਕਲੀ ਹੋਈ ਟਿੱਕੀ, ਟਿੱਕੀ ਲੋ ਲੈ ਲਿੱਕੀ। 20 ਰੁਪਏ ਦੀ ਟਿੱਕੀ, ਬਹੁਤ ਸਸਤੀ ਟਿੱਕੀ। ਅੱਛਾ ਜੀ, ਬਸ ਪਹਿਲਾ ਗਾਹਕ ਮੈਨੂੰ ਮਿਲ ਗਿਆ। ਹਾਂਜੀ, ਪਹਿਲੀ ਪੋਣੀ ਹੋ ਗਈ ਆ, ਅੰਕਲ ਜੀ ਨੇ ਕਰਵਾਈ ਆ। ਟਿੱਕੀ ਲੈ ਲਓ, ਟਿੱਕੀ ਟਿੱਕੀ।
ਦਾਦੀ 20 ਰੁਪਈਏ ਲਾ ਲਾ, 30 ਰੁਪਈਆਂ ਦੀ ਮਹਿੰਗੀ ਟਿੱਕੀ। ਦਸ ਰੁਪਏ ਕਾਲੂ ਲੈ ਸੀ ਟਿੱਕੀ ਦੇ ਚਟਨੀ ਆਪਣੇ ਟਿੱਕੀਆਂ ਵਗੈਰਾ ਬਿਜ਼ਨਸ ਜਿਹੜਾ ਮੈਂ ਟਿੱਕੀਆਂ ਦਾ ਸ਼ੁਰੂ ਕੀਤਾ ਸੀ ਉਹ ਫਲੋਪ ਹੋਇਆ ਜਾਂ ਉਹ ਕਾਮਯਾਬ ਹੋਇਆ ਉਹ ਸਾਰਾ ਤੁਹਾਡੇ ਨਾਲ ਦੱਸਦੀ ਹਾਂ ਅਤੇ ਕਿੰਨਾ ਮੈਨੂੰ ਪ੍ਰੋਫਿਟ ਹੋਇਆ ਉਹ ਵੀ ਤੁਹਾਨੂੰ ਦੱਸਦੀ ਹਾਂ ਔਰ ਬਹੁਤ ਬਹੁਤ ਕੁਛ ਹੋਇਆ ਇਸ ਬਿਜ਼ਨਸ ਦੇ ਦੌਰਾਨ ਸਭ ਕੁਛ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਪਹਿਲੇ ਤਾਂ ਆਹ ਤੁਸੀਂ ਪੈਸੇ ਚੈੱਕ ਕਰੋ ਜਿਹੜੇ ਮੈਂ ਕਮਾਏ ਆ ਮਾਸ਼ਾਅੱਲਾ ਖੁਸ਼ੀ ਬਹੁਤ ਜ਼ਿਆਦਾ ਹੋਈ ਲੇਕਿਨ ਮਸਲਾ ਇਹ ਬਣਿਆ ਕੁਛ ਟਿੱਕੀਆਂ ਤਾਂ ਮੈਂ ਆਪਣੀ ਫੈਮਿਲੀ 'ਚ ਵੇਚ ਗਿਆ ਵਾਂ ਕੁਛ ਟਿੱਕੀਆਂ ਮੈਂ ਹਿੰਮਤ ਕਰਕੇ ਨਾ ਪਾਰਕ ਵਿੱਚ ਗਈ ਮੈਂ ਉੱਥੇ ਸੋਚਾਂ ਮੈਂ ਇੱਥੇ ਜਾ ਕੇ ਨਾ ਪਾਰਕ ਜਦੋਂ ਤੁਸੀਂ ਵੀਡੀਓ ਵੀ ਦੇਖਿਆ ਹੋਣਾ ਅਤੇ ਉੱਥੇ ਜਾ ਕੇ ਉੱਥੇ ਇੱਕ ਬੱਚੇ ਨੇ ਲਈ 3-4 ਲੜਕੇ ਬੈਠੇ ਸੀ ਉਹਨਾਂ ਨੇ ਟਿੱਕੀਆਂ ਲਈ ਫਿਰ ਮੈਂ ਬੈਠ ਗਈ ਕਾਫੀ ਸਾਰੀਆਂ ਔਰਤਾਂ ਨੇ ਵੀ ਮੇਰੇ ਕੋਲ ਟਿੱਕੀਆਂ ਲਈਆਂ ਫਿਰ ਮੈਂ ਵਲੋਗ ਨਹੀਂ ਕੀਤਾ ਕਿਉਂਕਿ ਬੰਦਾ ਅੱਛਾ ਨਹੀਂ ਲੱਗਦਾ ਚਲੋ ਲੜਕਿਆਂ ਨੂੰ ਤਾਂ ਬੰਦਾ ਲੈ ਆਉਂਦਾ ਲੇਕਿਨ ਲੜਕੀਆਂ ਲਈ ਹੁੰਦਾ ਅੱਛਾ ਨਹੀਂ ਲੱਗਦਾ ਬਹੁਤ ਸਾਰੀਆਂ ਲੜਕੀਆਂ ਨੇ ਲਿਆ ਔਰ ਉਹਨਾਂ ਨੇ ਖਾ ਕੇ ਚੈੱਕ ਕੀਤੀਆਂ ਕਹਿੰਦੇ ਬਹੁਤ ਅੱਛਾ ਟੇਸਟ ਆ ਪਰ ਨਾ ਮੈਨੂੰ ਥੋੜ੍ਹੀ ਜਿਹੀ ਸ਼ਰਮ ਜੀ ਮਹਿਸੂਸ ਹੋਣ ਲੱਗ ਪਈ ਕਾਫੀ ਸਾਰੀਆਂ ਵੇਚ ਕੇ ਨਾ ਜਿਹੜੀਆਂ 2-4 ਬਚ ਗਈਆਂ ਸੀ ਉਹ ਮੈਂ ਖਾ ਲਈਆਂ ਔਰ ਮਾਸ਼ਾਅੱਲਾ ਬਹੁਤ ਅੱਛੀ ਸੇਲ ਹੋਈ ਲੇਕਿਨ ਨਾ ਮੈਂ ਕਹਿੰਦੀ ਹਾਂ ਕਿ ਲੜਕੀ ਵਾਸਤੇ ਬਹੁਤ ਮੁਸ਼ਕਿਲ ਕੰਮ ਆ ਘਰੋਂ ਤਾਂ ਮੈਂ ਬਹੁਤ ਜੋਸ਼ ਨਾਲ ਗਈ ਸੀ ਜਦੋਂ ਮੈਂ ਉੱਥੇ ਗਈ ਮੈਂ ਬਾਜ਼ਾਰ ਵਿੱਚ ਖੜ੍ਹੀ ਹੋਈ ਮੈਂ ਦੁਨੀਆਂ ਨੂੰ ਦੇਖਿਆ ਕਿਉਂਕਿ ਇਸ ਤੋਂ ਪਹਿਲੇ ਮੈਂ ਕੋਈ ਇੱਦਾਂ ਦਾ ਕੰਮ ਨਹੀਂ ਸੀ ਕੀਤਾ ਮੈਂ ਦੁਨੀਆਂ ਨੂੰ ਦੇਖਿਆ ਤਾਂ ਮੈਂ ਬੜੀ ਹੈਰਾਨ ਪਰੇਸ਼ਾਨ ਹੋਈ ਮੈਨੂੰ ਸ਼ਰਮ ਵੀ ਆਵੇ ਅਤੇ ਚਲੋ ਜੀ ਕੋਈ ਗੱਲ ਨਹੀਂ ਜ਼ਿੰਦਗੀ 'ਚ ਵਾਧੇ ਘਾਟੇ ਹੁੰਦੇ ਰਹਿੰਦੇ ਆ ਲੇਕਿਨ ਮੈਨੂੰ ਪਤਾ ਲੱਗ ਗਿਆ ਕਿ ਮੈਂ ਇਹ ਕੰਮ ਨਹੀਂ ਕਰ ਸਕਦੀ ਅਤੇ ਆਪਾਂ ਇਨਸ਼ਾਅੱਲਾ ਕੋਈ ਹੋਰ ਕੰਮ ਕਰਾਂਗੇ ਕੋਈ ਹੋਰ ਬਿਜ਼ਨਸ ਕਰਾਂਗੇ ਬਾਕੀ ਪੈਸੇ ਗਿਣਦੇ ਹਾਂ ਦੇਖਦੇ ਹਾਂ ਕਿੰਨਾ ਪ੍ਰੋਫਿਟ ਹੋਇਆ ਮੇਰਾ ਕਿੰਨਾ ਖਰਚਾ ਹਾਂ ਜੀ ਮਾਸ਼ਾਅੱਲਾ ਟੋਟਲ 700 ਰੁਪਿਆ ਔਰ ਮੇਰੀ ਟਿੱਕੀਆਂ 'ਤੇ ਜਿਹੜਾ ਲਾਗਤ ਆਈ ਉਹ 400 ਰੁਪਿਆ ਆਈ ਯਾਨੀ ਮੈਨੂੰ ਕਿੰਨੀ ਬੱਚਤ ਹੋਈ 300 ਰੁਪਿਆ 300 ਰੁਪਿਆ ਤਕਰੀਬਨ ਦੋਵਾਂ ਘੰਟਿਆਂ ਦੇ ਅੰਦਰ ਅੰਦਰ ਮੈਂ ਕਮਾਇਆ ਵਾ ਔਰ ਅਗਰ ਲੜਕੇ ਜਾਂ ਕੋਈ ਹੋਰ ਹੋਵੇ ਜਿਹੜਾ ਸਾਰੀ ਦਿਹਾੜੀ ਟਿੱਕੀਆਂ ਲਗਾਇਆ ਉਹਦਾ ਸੈਟਅਪ ਹੋਵੇ ਉਹਨੇ ਠੇਲਾ ਵਗੈਰਾ ਲਾਇਆ ਹੋਵੇ ਉੱਥੇ ਤਾਜ਼ੀਆਂ ਤਾਜ਼ੀਆਂ ਟਿੱਕੀਆਂ ਫਰਾਈ ਕਰਕੇ ਦੇਵੇ
ਮੇਰਾ ਪਹਿਲਾ ਦਿਨ ਸੀ, ਨਾ ਮੇਰੇ ਕੋਲ ਕਾਗਜ਼ ਹੈ ਸੀ, ਰੱਖਣ ਨੂੰ ਮੇਰੇ ਕੋਲ ਚੀਜ਼ ਨਹੀਂ ਸੀ ਹੈਗੀ, ਤੇ ਜਿਹਦੀ ਵਜ੍ਹਾ ਨਾਲ ਮੈਨੂੰ ਬਹੁਤ ਜ਼ਿਆਦਾ ਮਸਲਾ ਬਣਿਆ। ਤੇ ਬਾਕੀ ਪੈਸਿਆਂ ਦੀ ਬਹੁਤ ਜ਼ਿਆਦਾ ਖੁਸ਼ੀ ਵੀ ਆ, ਠੀਕ ਆ ਨਾ, ਦੇਖੋ ਮਾਸ਼ਾਅੱਲਾ ਕਿੰਨੇ ਬੜੇ ਪੈਸੇ, ਮੇਰੇ ਲਈ ਤਾਂ ਬਹੁਤ ਜ਼ਿਆਦਾ ਵਾ ਭਾਜੀ। ਅੱਜ ਦੀ ਆਪਣੀ ਕਮਾਈ ਮਾਸ਼ਾਅੱਲਾ ਮਾਸ਼ਾਅੱਲਾ ਮੇਰੀ ਬਿਜ਼ਨਸ ਦੀ ਕਮਾਈ, ਤੇ ਇਨਸ਼ਾਅੱਲਾ ਦੁਆ ਕਰੋ ਕਿ ਕੋਈ ਐਸਾ ਬਿਜ਼ਨਸ ਆਈਡੀਆ ਮੈਨੂੰ ਮਿਲੇ ਤੇ ਮੈਂ ਜਿਹੜਾ ਨਾ ਘਰ ਬਹਿ ਕੇ ਫੀਮੇਲ ਘਰ ਬਹਿ ਕੇ ਆਪਣਾ ਜਿਹੜਾ ਨਾ ਬਿਜ਼ਨਸ ਕਰ ਸਕੇ। ਅੱਛਾ ਜੀ, ਮਿਲਾਂਗੇ ਆਪਾਂ ਨੈਕਸਟ ਵੀਡੀਓ 'ਚ, ਅੱਲਾ ਹਾਫਿਜ਼। ਅਗਰ ਵੀਡੀਓ ਅੱਛੀ ਲੱਗੀ ਹੋਵੇ ਤਾਂ ਲਾਈਕ ਕਮੈਂਟ ਸਬਸਕ੍ਰਾਈਬ ਕਰ ਦੇਣਾ। ਅੱਲਾ।